ਸਤਿ ਸ਼੍ਰੀ ਅਕਾਲ ਦੋਸਤੋ, ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਜਲੰਧਰ ਦੀ ਕੁੜੀ ਨੇ ਦਿਖਾਈ ਅਜਿਹੀ ਬਹਾਦਰੀ, ਸਾਰੇ ਪੰਜਾਬ 'ਚ ਹੋਊਗੀ ਚਰਚਾ। ਵੀਡੀਓ ਨੂੰ ਅੰਤ ਤੱਕ ਦੇਖਿਓ, ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ। ਵੀਡੀਓ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ। ਜਲੰਧਰ ਦੇ ਵਿੱਚ ਇੱਕ ਕੁੜੀ ਦੇ ਵੱਲੋਂ ਫਿਰ ਬਹਾਦਰੀ ਦਿਖਾਈ ਗਈ ਹੈ, ਜਿਸ ਦੀ ਸਾਰੇ ਪੰਜਾਬ ਵਿੱਚ ਚਰਚਾ ਹੋ ਰਹੀ ਹੈ। ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਘਟਨਾ ਜਲੰਧਰ ਦੀ ਬਸਤੀ ਦਾਨਿਸ਼ ਮੰਦਾ ਤੋਂ ਸਾਹਮਣੇ ਆਈ ਹੈ, ਜਿੱਥੇ ਐਕਟਿਵਾ 'ਤੇ ਸਵਾਰ ਇੱਕ ਲੁਟੇਰੇ ਵੱਲੋਂ ਇੱਕ ਲੜਕੀ ਦਾ ਮੋਬਾਈਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ, ਪਰ ਲੜਕੀ ਨੇ ਹਿੰਮਤ ਦਿਖਾਉਂਦੇ ਹੋਏ ਇਸ ਲੁਟੇਰੇ ਨੂੰ ਕਾਬੂ ਕਰ ਲਿਆ ਅਤੇ ਘਟਨਾ ਉਸ ਸਮੇਂ ਵਾਪਰੀ ਜਦੋਂ ਅੰਜਲੀ ਨਾਮ ਦੀ ਲੜਕੀ ਕੁਟੀਆ ਰੋਡ 'ਤੇ ਸਵੇਰੇ 10 ਵਜੇ ਦੇ ਕਰੀਬ ਆਪਣੇ ਕੰਮ 'ਤੇ ਜਾ ਰਹੀ ਸੀ। ਤਸਵੀਰ ਅੰਜਲੀ ਦੀ ਤੁਸੀਂ ਦੋਸਤੋ ਆਪਣੇ ਫੋਨ ਦੀ ਡਿਸਪਲੇ 'ਤੇ ਦੇਖ ਸਕਦੇ ਹੋ। ਪੈਦਲ ਜਾਂਦੇ ਸਮੇਂ ਉਹ ਆਪਣੇ ਮੋਬਾਈਲ ਫੋਨ ਉੱਪਰ ਗੱਲ ਕਰ ਰਹੀ ਸੀ। ਪਿੱਛੇ ਆ ਕੇ ਸੈਨੇਚਰ ਨੌਜਵਾਨ ਵੱਲੋਂ ਲੜਕੀ ਦਾ ਮੋਬਾਈਲ ਖੋਹ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਲੜਕੀ ਵੀ ਉਸਦੀ ਐਕਟਿਵਾ ਦੇ ਨਾਲ ਕਾਫ਼ੀ ਦੂਰ ਤੱਕ ਖਿੱਚੀ ਚਲੀ ਗਈ, ਜਿਸ ਦਾ ਰੌਲਾ ਸੁਣ ਕੇ ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਉਸਦੀ ਮਦਦ ਕੀਤੀ ਗਈ। ਲੜਕੀ ਦੀ ਹਿੰਮਤ ਸਦਕਾ ਉਸ ਲਟੇਰੇ ਨੂੰ ਕਾਬੂ ਕਰ ਲਿਆ ਗਿਆ ਅਤੇ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਡਿਵੀਜ਼ਨ 5 ਦੇ ਇੰਚਾਰਜ ਮੌਕੇ 'ਤੇ ਪਹੁੰਚੇ। ਇਸ ਵਿਅਕਤੀ ਨੂੰ ਅਤੇ ਉਸਦੀ ਸਕੂਟਰੀ ਨੂੰ ਹਿਰਾਸਤ ਵਿੱਚ ਲੈ ਲਿਆ। ਦੱਸਿਆ ਗਿਆ ਕਿ ਸਕੂਟਰੀ 'ਤੇ ਕੋਈ ਵੀ ਨੰਬਰ ਨਹੀਂ ਸੀ ਅਤੇ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ। ਉੱਤੇ ਹੀ ਪੁਲਿਸ ਦੇ ਆਉਣ ਤੱਕ ਲੁਟੇਰੇ ਦੀ ਲੋਕਾਂ ਦੇ ਵੱਲੋਂ ਖੂਬ ਪਟਾਈ ਕੀਤੀ ਗਈ ਅਤੇ ਕੁੜੀ ਦੀ ਹੌਸਲਾ ਅਫਜਾਈ ਕੀਤੀ ਗਈ। ਦੋਸਤੋ, ਕੁੜੀ ਘੜੀਸਣ ਦੇ ਕਰਕੇ ਬਾਅਦ ਵਿੱਚ ਕਾਫ਼ੀ ਰੋ ਰਹੀ ਸੀ, ਤੁਸੀਂ ਦੇਖ ਸਕਦੇ ਹੋ। ਧੰਨਵਾਦ।